ਹੈ ਭਾਈ ਗੁਰਸਿੱਖਾ, ਹੁਣ ਤੂੰ ਅੰਮ੍ਰਿਤ ਛਕ ਲਿਆ ਤੇ ਗੁਰੂ ਕਾ ਸਿੰਘ ਸੱਜ ਗਿਆ। ਦੀਨ ਚ ਰਹਿਣਾ, ਕਦੇ ਵੀ ਪਰਾਈ ਔਰਤ ਦਾ ਸੰਗ ਨਹੀਂ ਕਰਨਾ, ਦਰੀ ਆਏ ਬੰਦੇ ਨੂੰ ਕਦੇ ਵੀ ਖੋਟਾ ਨਹੀਂ ਮੋੜਨਾ, ਥੋੜੇ ਚੋਂ ਥੋੜਾ ਤੇ ਬਹੁਤੇ ਚੋਂ ਬਹੁਤਾ, ਜਿੰਨੀ ਸ਼ਰਧਾ ਹੋਵੇ ਉਹਦੀ ਮਦਦ ਕਰਨੀ ਆ, ਫੇਰ ਪਊ ਕਮਾਈ ਚ ਬਰਕਤ। ਨਾਲੇ ਹੋਰ ਸੁਣ, ਬੱਜਰ ਗ੍ਰਹਿਤਾ ਤੋਂ ਬਚ ਕੇ ਰਹਿਣਾ, ਦਾਰੂ ਦਾ ਸੇਵਨ ਕਦੇ ਵੀ ਨਹੀਂ ਕਰਨਾ। ਗੁਰੂ ਸਾਹਿਬ ਜੀ ਨੇ ਕਿਹਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਹੇ ਸੱਚਾ ਪਾਤਸ਼ਾਹ, ਚੰਗੀ ਮੰਦੀ ਪਰਦਾ ਰੱਖੀ। ਆ ਰੂ ਬੜਤੀ, ਤੇਰਾ ਵਾਹਿਗੁਰੂ ਸੱਤ ਹੀ ਪਰਦਾ ਕੱਜ ਕੇ ਰੱਖ ਲੂ, ਪਰ ਆਪਦੀ ਅੱਖਾਂ ਚ ਕਦੇ ਕੌੜ ਥੋੜਾ ਕੱਜ ਲੂ। ਉਹ 16 ਨੇ ਸੱਚਾ ਚਾਚਾ, ਬੰਦਾ ਆਪਦੀ ਨਿਗਾਹ ਸਹੀ ਹੋਣਾ ਚਾਹੀਦਾ, ਲੋਕਾਂ ਤੋਂ ਬੜੇਵੇ ਲੈਣੇ ਆ, ਲੋਕ ਤਾਂ ਸਾਲੇ ਰੱਬ ਤੋਂ ਵੀ ਦੁਖੀ ਆ। ਓਏ ਉਹ ਨਾ ਜਿੱਤ ਹੋਇਆ ਉਹਨਾਂ ਤੋਂ, ਛੱਲ ਵੀ ਬਾਬਾ ਪੱਤਾ ਵਿਖਾ ਖਾ, ਨਿੰਗਾ ਪੱਤੇ ਕਿਹੜੀ ਰਮਾਇਣ ਲਕਾਈ ਬੈਠਾ ਹੈ। ਆ ਫੇਰੂ ਪੜਦੀ ਹੈ ਕੀ, ਮੇਰੇ ਸਾਰੇ ਪੱਤੇ ਗਿਣੇ ਪਏ ਆ, ਬੇਕੀ ਤਾਂ ਤੇਰੇ ਨੇਫੇ ਚੋਂ ਨਿਕਲਣੀਆ ਨਿੰਗਾ। ਓਏ ਅੰਮ੍ਰਿਤ ਛਕ ਲਿਆ, ਤੀਮੀ ਦਾ ਹੇਜ ਨਹੀਂ ਛੱਡਿਆ, ਪੱਤਾ ਤੇਰੇ ਨੇਫੇ ਚੋਂ ਨਿਕਲਣਾ ਨਿੰਗਾ। ਲੈ ਪੱਤੇ ਫੜਾ। ਓ ਨਹੀਂ, ਫੜਾ ਪੱਤੇ। ਓ ਕੰਜਰੋ, ਗੁਰੂ ਕਾ ਖਾਲਸਾ ਏ, ਇੰਨਾ ਤਾਂ ਤਬਾਰ ਕਰੋ, ਕਿਉਂ ਦਾੜੀ ਹੇਠਾਂ ਲਾਉਣ ਤੇ ਤੁਰੇ ਹੋ, ਦੁਬਾਰਾ ਮਟੋ ਪੱਤੇ। ਮੈਂ ਚੱਲਦਾ ਫਿਰ, ਤੁਸੀਂ ਖੇਡੋ। ਚੱਲ ਚੱਲ ਵੰਡ ਪੱਤੇ। ਨਾ ਹੁਣ ਤੂੰ ਖੇਡੇਗਾ ਚਾਚਾ। ਕਿਤੇ ਨਹੀਂ, ਪੱਤੇ ਵੰਡ। ਗੁਰੂ ਦੇ ਲੜ ਲੱਗ ਕੇ ਬੰਦੇ ਦਾ ਅੰਦਰ ਚੰਨ ਨਾ ਭਰ ਕੇ ਸੁੱਚਾ ਹੋ ਜਾਂਦਾ, ਪਰ ਮੇਰਾ ਤਾਂ ਜਾਣੀ ਅੱਗੇ ਨਾਲੋਂ ਵੀ ਵਿਹੜਾ ਹੀ ਬਹਿ ਗਿਆ, ਮੂੰਹ ਚੱਕ ਕੇ ਐਵੇਂ ਗ੍ਰੰਥੀ ਬਣ ਕੇ ਬਹਿ ਗਿਆ। ਪਾਪ ਛੋਰੀ ਦੇਣੇ ਤੇ ਹਜੇ ਵੀ ਉਨੀ ਕਰੀ ਜਾਂਦਾ, ਜੇ ਉੱਥੇ ਹੀ ਪੱਤਾ ਰੱਖ ਕੇ ਲਾਈ ਕਾਟ ਦੀ ਸ਼ੈਤਾਨੀ ਫੜੀ ਜਾਂਦੀ ਤਾਂ ਸਾਲੀਏ ਚਵਲ ਨੇ ਚੇੜ ਪਾਈ ਰੱਖਣੀ ਸੀ। ਊਂ ਤੇ ਆਖੇ ਚੋਲਾ ਪਾ ਕੇ ਬਣਿਆ ਫਿਰਦਾ ਵੱਡਾ ਗ੍ਰੰਥੀ, ਵੱਡਾ ਨੰਗੌਰੀ, ਤਾਸ਼ ਚਲਾਕੀ ਕਰਦਾ 20 ਵਾਰੀ ਬੜੋਚਲਿਆ ਸੀ। ਇਹ ਸੱਚੇ ਪਾਤਸ਼ਾਹ ਲਾਜ ਰੱਖ ਲੇ, ਪਰ ਰੱਖੀ ਤਾਂ ਤੂੰ ਆਪਦੇ ਵਾਸਤੇ ਆ, ਕੋਈ ਸਾਨ ਤਾਂ ਨਹੀਂ ਕਰਿਆ। ਹਾਂ ਮੇਰੇ ਸਾਲੇ ਦੀਆਂ ਹੈ। ਉਹ ਨਾਜਰਾ, ਮੈਂ ਤਾਂ ਕਹਿੰਦਾ ਤੂੰ ਵੀ ਗੁਰੂ ਦੇ ਲੜ ਲੱਗ ਜਾ, ਕਾਹ ਤੂੰ ਜਿਉਣੀ ਰੋਲੀ ਆਪਦੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ। ਉਹ ਨਾ ਵੀ ਨਿੰਗਾ, ਹਜੇ ਨਹੀਂ ਆਪਣੇ ਤੋਂ ਪੱਗ ਦਾ ਬਹੁਤ ਚੱਕੀ ਦਾ ਭੈਣ। ਵਾਹਿਗੁਰੂ। ਨਾਲੇ ਹਰ ਕੰਮ ਦਾ ਨਾ ਇੱਕ ਵੇਲਾ ਹੁੰਦਾ ਤੇ ਇੱਕ ਉਮਰ। ਓਏ ਹਜੇ ਤਾਂ ਪੁੱਠੇ ਸਿੱਧੇ ਕੰਮ ਕਰਨ ਦੀ ਉਮਰ ਪਈ ਹੈ। ਵਾਹਿਗੁਰੂ। ਜਦੋਂ ਪਿੰਡੇ 'ਚ ਸੱਤਿਆ ਨਾ ਰਹੀ, ਬਣ ਜਾਂਗੇ ਤੇਰਿਆਂ ਨੂੰ ਆਪੇ ਹੀ ਨਿੰਗਾ, ਪਰ ਤੇਰਿਆਂ ਨੂੰ ਚਿੱਤ 'ਚ ਮੈਲ ਨਹੀਂ ਰੱਖਣੀ। ਉਹ ਬੁੱਢੇ ਵੇਲੇ ਤਾਂ ਹਰੇਕ ਰੱਬ ਦਾ ਸਾਲਾ ਬਣਨੂੰ ਫਿਰਦਾ, ਪਰ ਤਮਾ ਤਾਂ ਬਾਈ ਇਸ ਉਮਰ 'ਚ ਹੀ ਆਉਂਦੀ ਹੈ ਨਾ। ਉਦੋਂ ਰੱਬ ਨੇ ਲੜ ਨਹੀਂ ਲਾਉਣਾ ਬਈ ਉਮਰ ਵਾਲੀ ਹੋ ਗਈ ਹੈ। ਹਟਾ। ਪਰ ਜਿਹਨੂੰ ਧੰਨੇ ਭਗਤਾਂ ਨੂੰ ਜਿਉਂਦੇ ਜੀ ਰੱਬ ਮਿਲ ਜੇ ਨਾ, ਉਹਦੇ ਨਾਲ ਦੀ ਰੀਸ ਨਹੀਂ ਕੋਈ। ਓਏ ਮਰ ਕੇ ਵੀ ਤਾਂ ਰੱਬ ਕੋਲ ਹੀ ਜਾਣਾ, ਜਿਉਂਦੇ ਜੀ ਮਿਲ ਕੇ ਰੱਬ ਨੂੰ ਕੀ ਥਣ ਫੜਾਉਣਾ, ਮੌਜਾਂ ਲੁੱਟ ਲੈ ਜਿਹੜੀਆਂ ਲੁੱਟੀ ਦੀਆਂ। ਉਂਝ ਮੇਰੀ ਪੱਕੀ ਟੌਰ ਬਣ ਗਈ, ਕਿਤੇ ਵੀ ਜਾਵਾਂ ਹਰ ਸ਼ੈ ਖਾਣ ਪੀਣ ਵਾਲੀ ਸਾਰਿਆਂ ਤੋਂ ਮੋਰੀ ਕਰਕੇ ਮੈਨੂੰ ਹੀ ਲਿਆ ਕੇ ਦਿੱਤੀ ਜਾਂਦੀ, ਕਿ ਕਿਤੇ ਬਾਅਦ 'ਚ ਜੂਠੇ ਮਿੱਸੇ ਹੱਥ ਲੱਗਣ ਨਾਲ ਮੇਰਾ ਅੰਮ੍ਰਿਤ ਭੰਗ ਨਾ ਹੋ ਜਾਵੇ। ਜਿਹੜਾ ਬੰਦਾ ਤੀਵੀ ਨਾ ਕੀਤਾ ਹੋਇਆ ਕੋਲ ਨਾ ਨਿਭਾ ਸਕਿਆ, ਰੱਬ ਦਾ ਕਿਵੇਂ ਹੋਊਗਾ। ਨਿੰਗ ਬਣਨ ਲਈ ਹਲੇ ਦਾੜੀ ਵਧਾਉਣੀ ਸ਼ੁਰੂ ਹੀ ਕਰੀ ਸੀ, ਪਰ ਮੂਰਤੀ ਦੇ ਨਾਲ ਰੱਜ ਕੇ ਜਿਉਣਾ ਚਾਹੁੰਦਾ ਸਾਂ।
ਕਿਤੇ ਫੇਰ ਨਾ ਇਹਦੀ ਰੜਕ ਚਿੱਤ ਚ ਖੁਰ ਪਾਵੇ। ਚਿੱਤ ਅਕਾ ਲੈਣ ਦੀ ਰੀਸ ਸੀ। ਕਾਮ ਦੇ ਅੱਗੇ ਤਾਂ ਵੱਡੀ ਤੋਂ ਵੱਡੀ ਕੰਧ ਨਹੀਂ ਹੋ ਜਾਂਦੀ ਆ। ਅਖੋਰੇ ਮੈਂ ਹੀ ਛੇਤੀ ਆ ਗਿਆ ਕਿ ਉਹ ਲੇਟ ਹੋ ਗਈ। ਮਰਥਾ ਮੈਂ ਤੇਰੇ ਤੇ ਕਦੋਂ ਦਾ ਗਿਆ ਸੀ, ਪਰ ਜੇ ਕੋਈ ਕਸਰ ਰਹਿੰਦੀ ਹੈ ਤਾਂ ਅੱਜ ਕੱਢ ਲੈ। ਚੰਬਲੀ ਕਦੋਂ ਜਾਂਦੀ ਹੈ? ਹਜੇ ਤਾਂ ਪੂਰੀ ਰਾਤ ਪਈ ਹੈ, ਮੈਂ ਤਾਂ ਪਾਠੀ ਵੇਲੇ ਜਾਊਂ। ਮੱਖਿਆ, ਅੱਗੇ ਤੋਂ ਨਾ ਦਾੜੀ ਬਣਾ ਕੇ ਆਈ, ਇਹ ਉਹ ਬਿੰਦ ਨਹੀਂ ਨਿਭਾ ਹੋਣੀ, ਨਹੀਂ ਤਾਂ ਕੋਈ ਲੋੜ ਨਹੀਂ ਇੱਥੇ ਕੋਲੇ ਕੱਛਣ ਦੀ। ਇਹ ਉਹ ਭੁਲੇਖਾ ਪੈਂਦਾ ਮਰਨੀ ਦਾ ਜਿਵੇਂ ਕਿਸੇ ਬੁੜੇ ਨਾਲ ਚਿੰਬੜੀ ਹੋਵਾਂ। ਤੇਰੇ ਜਿਸ ਰੂਪ ਨਾਲ ਮੋਹ ਪਾਇਆ ਸੀ ਉਹ ਤਾਂ ਜਾਣੀ ਤੇਰਾ ਰਿਹਾ ਹੀ ਨਹੀਂ। ਆ ਦਾੜੀ ਕਾਹਦੀ ਰੱਖ ਲਈ, ਮੂਰਤੀ ਤਾਂ ਰੰਗ ਹੀ ਬਦਲ ਗਈ। ਸਾਲੀ ਕੁੱਤੀ ਤਿਵੀਂ ਮਗਰ ਲੱਗ ਕੇ ਮੈਂ ਦਾੜੀ ਖੱਸੀ ਕਰਾ ਦਿਆਂ, ਡਰ ਫਟੇ ਮੂੰਹ। ਜਿੱਦਣ ਮੈਂ ਲੈ ਲਿਆ ਚਾਰ ਲਾਵਾਂ ਤੇ ਸਮਝੀ ਤੇਰਾ ਵੀ ਨਾਲ ਹੀ ਭੋਗ ਪੈ ਗਿਆ। ਤੇ ਫੇਰ ਜੇ ਤੂੰ ਮੇਰੇ ਵੱਲ ਅੱਖ ਚੱਕ ਕੇ ਵੀ ਵੇਖਿਆ ਨਾ, ਤੇਰੇ ਹੱਡ ਖਾਰ ਦੂ ਮੈਂ। ਓਏ ਆ ਸਾਰਾ ਕਜੀਆ ਤੇਰੀ ਦਾੜੀ ਦੇ। ਓ ਵੇਖ, ਜਾਂਦੀ ਕਿ ਨਹੀਂ ਸੱਕਾਂ ਨੂੰ ਅੱਗ ਲਾਉਂਦੀ, ਜਿਹੜੀ ਭਾਣ ਵੱਟੀ ਦੀ ਆ ਵੱਟ ਲੈ। ਐਵੇਂ ਨਾ ਰਹਿ ਜੀ, ਨਾ ਤੇ ਇੱਥੋਂ ਰੱਬ ਦਾ ਹੋਇਆ ਜਾਣਾ ਤੇ ਨਾ ਤੇ ਇੱਥੋਂ ਜੱਗ ਦਾ। ਮੈਂ ਕਰੂੰ ਮੰਤੇ ਬਸ, ਜਿੱਦਣ ਉਹ ਦਾਤੇ ਦੀ ਮਿਹਰ ਹੋ ਗਈ ਨਾ, ਫਿਰ ਮੈਂ ਇਹਨਾਂ ਨੂੰ ਡੇਲਿਆਂ ਪਾਣੀ ਪੁੱਛਣਾ। ਓ ਐਵੇਂ ਨਾ ਧੀ ਜਾ ਰੱਬ ਤੇ, ਜੇ ਬੰਦਾ ਕੁਛ ਨਾ ਕਰੇ ਤੇ ਤਾਂ ਵੀ ਪਛਤਾਵੇ, ਕੁਛ ਕਰਕੇ ਤਾਂ ਪਛਤਾਲਾ। ਮੇਰੇ ਸਾਲੇ ਦੀ ਦਿਨ ਤੇ ਫਿਰ ਕੁੜੀ ਦੇਣ ਦੇ ਉਹ ਸੀਗੇ ਮਨਾ, ਬੁਲਟ ਤੇ ਦੁੱਗ ਦੁੱਗ ਕਰਾ ਕੇ ਜਦ ਗੇੜੀ ਦੇਣ ਜਾਂਦਾ ਤਾਂ ਸਲੰਸਰ ਦੀ ਫੜਾਕ ਸੁਣ ਕੇ ਪਿੰਡ ਦੀਆਂ ਕੁੜੀਆਂ ਕੰਧਾਂ ਕੋਲਿਆਂ ਉੱਤੋਂ ਦੀ ਝਾਕੀ ਜਾਂਦੀਆਂ। ਸਾਲੀ ਉਦੋਂ ਤੇ ਚੜ੍ਹਤੀ ਅਥਰੀ ਸੀ, ਪਰ ਮੈਂ ਚੌਰਾ ਜਿਵੇਂ ਉਹੀ ਪਾਪ ਬਖਸ਼ਾ ਰਿਹਾ ਜਿਹੜੇ ਮੈਂ ਕਰੇ ਹੀ ਨਹੀਂ। ਜੇ ਬੰਦਾ ਪਾਪ ਹੀ ਨਾ ਕਰੇ ਤਾਂ ਰੱਬ ਕਿਹਨੂੰ ਸਜ਼ਾ ਦਿਓ? ਰੱਬ ਦਾ ਤਾਂ ਬੋਲ ਦਿਓ ਨਾ ਘੜੋ ਮਚੂ। ਬਾਪੂ, ਬੰਦਾ ਕਿਹੜੀ ਸ਼ੈ ਦਾ ਨਾਂ ਹੈ ਭਲਾ? ਸ਼ੇਰਾ ਜਿਹੜੀ ਸ਼ੈ ਕਿਸੇ ਨੂੰ ਤਕਲੀਫ ਨਾ ਦੇਵੇ ਉਹ ਤਾਂ ਫਿਰ ਹੋ ਗਈ ਰੱਬ। ਜਿਹੜਾ ਬਰੇਮਾ ਪੱਧਰਾ ਕੰਮ ਹੀ ਨਾ ਕਰੇ ਉਹ ਹੁੰਦਾ ਸ਼ਤਾਨ ਰਾਕਸ਼ਸ਼। ਇਸ ਹਿਸਾਬ ਨਾਲ ਬੰਦਾ ਦੋਵਾਂ ਚੀਜ਼ਾਂ ਦੇ ਮਲਾਪੇ ਤੋਂ ਬਣਿਆ। ਬਾਪੂ, ਜੇ ਦੋਵੇਂ ਸ਼ਕਤੀਆਂ ਬੰਦੇ ਕੋਲ ਹੈ ਤਾਂ ਬੰਦਾ ਦੁਖੀ ਕਾਹਤੋਂ ਹੈ? ਉਹ ਪੁੱਤਰਾ, ਬੰਦਾ ਚਿੱਤੀ 'ਚ ਗੜੁੱਚ ਹੋਇਆ ਪਿਆ, ਉਹਨੂੰ ਆਪ ਨੂੰ ਸਮਝ ਨਹੀਂ ਲੱਗਦੀ, ਨਾ ਰੱਬ ਬਣਦਾ ਅਤੇ ਨਾ ਸ਼ਤਾਨ ਬਣਦਾ।
ਜਿਹੜੇ ਬੰਦੇ ਨੂੰ ਇਹ ਸਮਝ ਲੱਗ ਗਿਆ ਕਿ ਕਿਹੜੇ ਟਾਈਮ ਕੀ ਬਣਨਾ, ਸਮਝ ਲਿਆ ਉਹਦਾ ਬੇੜਾ ਪਾਰ ਹੋ ਗਿਆ। ਉਹ ਇੱਥੇ ਨਿਰਾ ਰੱਬ ਬਣ ਕੇ ਵੀ ਕੰਮ ਨਹੀਂ ਚੱਲਦਾ, ਇੱਥੇ ਤਾਂ ਰੱਬ ਨੂੰ ਵੀ ਆਪ ਰਾਕਸ਼ਸ਼ ਬਣ ਕੇ ਹਰਨਾਕਸ਼ਾਂ ਦਾ ਵੱਧ ਕਰਨਾ ਪਿਆ, ਪਾਪ ਵੱਧ ਜਾਂਦਾ ਪੁੱਤ, ਸਮਝਿਆ? ਤੂੰ ਬੜ ਲੈ ਪੂਰਾ, ਫਿਰ ਚੱਲਦਿਆਂ ਕੋਈ ਨਹੀਂ। ਠੀਕ ਹੈ ਬਾਪੂ। ਲੈ ਭਾਈ ਗੁਰਸਿੱਖਾ, ਹੁਣ ਤੂੰ ਅੰਮ੍ਰਿਤ ਛਕ ਲਿਆ, ਗੁਰੂ ਕਾ ਸਿੰਘ ਸੱਜ ਗਿਆ। ਦੀਨ 'ਚ ਰਹਿਣਾ, ਕਿਸੇ ਵੀ ਪਰਾਈ ਔਰਤ ਦਾ ਸੰਗ ਨਹੀਂ ਕਰਨਾ। ਪਰ ਜਿਸ ਦੀ ਵੀ ਨਾ ਮੇਰੀ ਰੋਪਣਾ ਪਈ ਹੈ, ਉਹ ਤਾਂ ਕੌੜੀ ਜਮਾਂ ਹੀ ਸੋਹਣੀ ਨਹੀਂ, ਹੋਰ ਹੀ ਬੇਢਵੀ ਜੀ ਹੈ। ਬੁੜੇ ਨੇ ਦਾਜ ਕੰਨੀ ਝਾਕ ਲਿਆ, ਪਰ ਬੂਥੀ ਸ਼ਕਲ ਨਹੀਂ ਦੇਖੀ। ਉਹ ਵੇਖਦਾ ਹੀ ਕਿਉਂ, ਕੀ ਲੋੜ ਪਈ ਸੀ? ਬੁੜੇ ਨੇ ਕਿਹੜਾ ਆਪ ਉਹਦੇ ਨਾਲ ਉਮਰ ਕੱਟਣੀ ਸੀ? ਇਕੱਲਾ ਪੈਸਾ ਟਕਾ ਹੀ ਮੋਹਰੀ ਕਰ ਲਿਆ, ਜੋ ਕੰਮ ਦਾ ਸੀਗਾ। ਦੇਖ ਸ਼ੇਰਾ, ਰੰਗ ਤਾਂ ਜੱਗ 'ਤੇ ਦੋ ਹੀ ਹੁੰਦੇ ਨੇ, ਇੱਕ ਗੋਰਾ ਅਤੇ ਇੱਕ ਕਾਲਾ। ਬਸ ਬੰਦੇ ਨੂੰ ਅਕਲ ਹੋਣੀ ਚਾਹੀਦੀ ਹੈ, ਫਿਰ ਬਣਦੀ ਹੈ ਚਾਂਦੀ, ਸਮਝਿਆ? ਉਹ ਨਾਲੇ ਗੱਲ ਸੁਣ, ਜਨਾਨੀ ਨੂੰ ਮਤ ਨਾ ਹੋਵੇ ਤਾਂ ਹੀ ਚੰਗਾ, ਉਹ ਤੋਂ ਕੀ ਫੜਾ ਹਕਾਉਣਾ, ਹੈਗੇ ਬੰਦੇ। ਊਂ ਤਾਂ ਗੱਲ ਭਾਵੇਂ 16 ਨੇ ਸੱਚ ਹੈ, ਪਰ ਇੰਨਾ ਵੀ ਕਾਲਾ ਨੀਰੀ ਲੋਕੀ ਮੱਥੇ ਡੰਮੀ ਜਾਂਦਾ। ਆਹ ਬੂਥੀ ਨਹੀਂ ਬਦਲੀ ਜਾ ਸਕਦੀ, ਮਤ ਤਾਂ ਬੰਦੇ ਨੂੰ ਧੱਕੇ ਖਾ ਕੇ ਆਜੂ। ਉਹ ਸ਼ੇਰਾ, ਬੰਦਾ ਨਾਲੇ ਚਲਾਕ ਹੋਣਾ ਚਾਹੀਦਾ, ਸਿਆਣੇ ਬੰਦੇ ਜ਼ਿੰਦਗੀ 'ਚ ਹਮੇਸ਼ਾ ਘਾਟੇ ਹੀ ਖਾਂਦੇ ਨੇ। ਇਹ ਬਰਛਾ ਵੈਰੀ ਨੂੰ ਸੋਧਣ ਲਈ ਗੁਰੂ ਸਾਹਿਬ ਨੇ ਸਾਡੇ ਹੱਥੀਂ ਫੜਾਇਆ ਸੀ, ਪਰ ਅੱਠੇ ਪੈਰੇ ਮੇਰੇ ਨਾਲ ਹੀ ਹੁੰਦਾ, ਫਿਰ ਵੀ ਮੈਨੂੰ ਸੋਧ ਨਹੀਂ ਸਕਿਆ। ਲੈ ਵੀ ਆ ਗਿਆ ਫਿਰ ਨਿੰਗਾ ਪਰਕਰਮਾ ਕਰਕੇ। ਉਹ ਵੀ ਨਜ਼ਰ ਲੈ ਵੀ ਨਿੰਗਾ, ਇੱਕ ਗੱਲ ਤਾਂ ਦੱਸ। ਵਾਹਿਗੁਰੂ। ਜੇ ਕੋਈ ਬੰਦਾ ਦਾਰੂ ਤੀਵੀਂ ਅਤੇ ਮੀਟ ਦਾ ਕਰੇ ਪਰਹੇਜ, ਅਤੇ ਮਾੜਾ ਵੀ ਕਿਸੇ ਦਾ ਨਾ ਕਰੇ, ਉਹ ਸਿੱਖ ਹੈ? ਹਾਂ, ਰੱਬ ਦਾ ਭਾਣਾ ਮੰਨੇ ਫਿਰ ਸਿੱਖ ਹੈ। ਕਰਤੀ ਨਾ ਪਾਲੇ ਮਾਰੀ ਗੱਲ, ਉਹ ਐਪ ਜੇ ਪਰਹੇਜ ਤਾਂ ਪਿੰਡ 'ਚ ਆਪਣੀ 3900 ਰੱਖੀ ਫਿਰਦੇ ਆ, ਜਿਉਣਾ ਪੈਂਦਾ ਕਿਸੇ ਲਈ ਫਿਰ ਬਣਦਾ ਸਿੱਖ। ਉਹ ਐਵੇਂ ਅੱਠਾਂ ਦੇ ਭਾਅ ਦੀਆਂ ਰੁੜੀ ਜਾਂਦਾ। ਉਹ ਲੋਕ ਨਿਰਣੇ ਕਾਲ ਜੇ ਬਾਣੀ ਦਾ ਪਾਠ ਕਰਦੇ ਆ ਅਤੇ ਸਾਰਾ ਦਿਨ ਇੱਕ ਅੱਖਰ 'ਤੇ ਪੂਰਨੀ ਪੈਂਦੇ, ਨਾਲੇ ਸਾਲ ਦੇ ਵਿੱਚ ਦਾਣਿਆਂ ਦੀ ਇੱਕ ਬੋਰੀ ਗੁਰਦੁਆਰੇ ਸੱਟਣ ਨਾਲ ਕੋਈ ਸਿੱਖ ਥੋੜ੍ਹਾ ਬਣ ਜਾਂਦਾ। ਬਾਕੀ ਤੈਨੂੰ ਸਾਰੀ ਗੱਲ ਦਾ ਪਤਾ ਹੀ ਆ, ਹੁਣ ਤੇ ਉੱਥੇ ਕਿਹੜਾ ਲੋਕ ਹੈ? ਪੈਸੇ ਦੇ, ਪੈਸੇ ਨਹੀਂ ਗੇ, ਪੈਸੇ ਪੈਸੇ ਦੇ। ਉਹ ਤੈਨੂੰ ਸੁਣਿਆ ਨਹੀਂ, ਮਾਰੂ ਤੇਰੇ ਖੈਣੀਏ। ਪੈਸੇ ਦੇ, ਪੈਸੇ ਤਾਂ ਹੈਗੇ ਆ, ਪਹਿਲਾਂ ਹੱਸ ਕੇ ਵਿਖਾ ਆਵੇ। ਦੇ ਹੱਸ ਕੇ ਵਿਖਾ। ਈ ਉਹ ਤਾਂ ਤੂੰ ਪੰਜਾਂ ਦੱਸੀ ਜਾਂਦਾ, ਦਸਾਂ ਦਾ ਹੱਸ ਕੇ ਵਿਖਾ। ਓਏ ਆ ਕੀ ਆ ਓਏ, ਨੋਟਾਂ ਨਾਲ ਜੇਬ ਤੁੰਨੀ ਫਿਰਦਾ ਤੂੰ, ਜੇ ਤੈਨੂੰ ਅਜੇ ਵੀ ਰੱਬ ਨੇ ਨਾ ਕੁਛ ਦਿੱਤਾ ਤਾਂ ਫਿਰ ਦੇ ਵੀ ਨਹੀਂ ਸਕਦਾ। ਜਿੰਨੀ ਹੁੰਦੀ ਨਾ ਬੰਦੇ ਦੀ ਔਕਾਤ, ਉਹਦੇ ਹਿਸਾਬ ਨਾਲ ਬੰਦੇ ਨੂੰ ਲੋਕਾਂ ਦੇ ਕੰਮ ਆਉਣਾ ਚਾਹੀਦਾ, ਪਰ ਤੈਨੂੰ ਕਿੱਥੇ ਆਉਣੀ ਆ ਸਮਝ। ਇਹ ਅੱਜ ਮੋਟਰ 'ਤੇ ਆਈ, ਤੈਨੂੰ ਬਣਾਊ ਬੰਦੇ ਦਾ ਪੁੱਤ ਮੈਂ। ਦਰੀਆਂ ਏ ਬੰਦੇ ਨੂੰ ਕਦੇ ਵੀ ਖੋਟਾ ਨਹੀਂ ਮੋੜਨਾ, ਥੋੜੀ ਚੋ ਥੋੜਾ ਤੇ ਬਹੁਤੇ ਚੋ ਬਹੁਤਾ, ਜਿੰਨੀ ਸ਼ਰਧਾ ਹੋਵੇ ਉਹਦੀ ਮਦਦ ਕਰਨੀ ਆ, ਫੇਰ ਪਊ ਕਮਾਈ ਚ ਬਰਕਤ। ਵਾਹਿਗੁਰੂ।
ਬੇਪੁੱਤ ਬੇ ਤੇ ਮੇਰਾ ਜੂਠਾ ਸੀਗਾ, ਜੇ ਤੇਰਾ ਅੰਮ੍ਰਿਤ ਭੰਗ ਹੋ ਜਾਂਦਾ ਤਾਂ ਕਿੱਥੋਂ ਦੁੱਖ ਭਰਦੇ। ਇਹ ਪਾਪ ਤਾਂ ਮੱਸਿਆ ਨਹਾਉਣ ਨਾਲ ਵੀ ਨਹੀਂ ਸਿਰੋਂ ਲੱਥਦੇ। ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਨੇ ਪਾਲ ਪਲੋਸ ਕੇ ਐਡਾ ਕੀਤਾ ਉਹਨਾਂ ਨਾਲ ਹੀ ਲਕੀਰ ਖਿੱਚ ਕੇ ਬਹਿ ਗਿਆ। ਪਰ ਆ ਕੇ ਹੁਣ ਉਹਦਾ ਜੂਠਾ ਖਾਣ ਨਾਲ ਮੇਰਾ ਸੱਤ ਭੰਗ ਹੁੰਦਾ। ਮੇਰੇ ਨਾਲ ਇਹ ਵਿਤਕਰਕਾ ਤੋਂ ਕੋਈ ਮਾੜੀ ਜਾਤ ਦਾ ਤਾਂ ਨਹੀਂ, ਹਰ ਸ਼ੈ ਮੇਰੀ ਘਰ ਚੱਡ ਕਰ ਦਿੱਤੀ ਹੈ। ਪੀਣ ਖਾਣ ਲਈ ਮੇਰਾ ਮੱਘ ਅੱਡ ਹੁੰਦਾ, ਦਾਲ ਫੁਲਕਾ ਵੀ ਮੇਰਾ ਅੱਡ ਹੁੰਦਾ। ਮੁੱਕਦੀ ਗੱਲ ਹੱਗਣ ਮੂਤਣ ਵਾਲੀ ਥਾਂ ਦੀ ਸਾਂਝ ਰਹਿ ਗਈ ਹੈ, ਹੋਰ ਸਾਂਝਾਂ ਮੁੱਕ ਗਈਆਂ। ਬੇ ਪੁੱਤ ਕਿਵੇਂ ਮਹਿਸੂਸ ਜਿਹਾ ਬੈਠਾ? ਕੁਛ ਨਹੀਂ ਬੇਬੇ, ਬਸ ਗੁਰੂ ਸਾਹਿਬ ਦੀ ਸਾਖੀ ਯਾਦ ਆ ਗਈ ਸੀ ਕਿ ਕਿਵੇਂ ਸਾਹਿਬਜ਼ਾਦਿਆਂ ਨੂੰ ਗੰਗੂ ਮਗਰ ਲੱਗ ਕੇ ਨੀਹਾਂ ਚਨਾਇਆ ਸੀ। ਆ ਗਿਆ ਫਿਰ ਡੱਫ ਕੇ, ਸਾਰਾ ਘਰ ਖੁੰਜੇ ਲਾ ਰੱਖਿਆ, ਲਹੂ ਪੀ ਰੱਖਿਆ ਇਸ ਬੰਦੇ ਨੇ। ਅੜੇ ਥੋੜੇ ਦਿਨ ਕੋਈ ਧੇਲਾ ਨਹੀਂ ਦਿੰਦਾ, ਦਾਰੂ ਪੀ ਲਈ ਵੀ ਇਕੱਠੇ ਹੋ ਜਾਂਦੇ ਆ। ਕਿਉਂ ਮਰਨ ਦੀ ਵਿੱਟ ਬਣਾਈ ਆ? ਗੱਲੀ ਦਾਰੂ ਹੀ ਹੈ ਜਿਹੜੀ ਜੱਟਾਂ ਨੂੰ ਹੁਣ ਤੱਕ ਬਜਾਈ ਆਉਂਦੀ ਹੈ, ਨਹੀਂ ਤਾਂ ਹੁਣ ਤੱਕ ਤੇ ਮਰ ਖੱਪ ਗਏ ਹੁੰਦੇ। ਆ ਭੈਣ ਦੇ ਰੱਬ ਨੇ ਕੋਈ ਕਸਰ ਥੋੜੀ ਛੱਡੀ ਆ ਮਾਨ ਚ ਸਾਨੂੰ? ਨਾ ਅੱਗੇ ਘੱਟ ਦੁਖੀ ਆ, ਹੁਣ ਰੱਬ ਨਾਲ ਅੱਡਾ ਲਾ ਕੇ ਬਹਿ ਗਏ ਆ। ਬਾਪੂ ਨੇ ਖੇਤਾਂ ਚ ਹੱਡ ਭੰਨ ਕੇ ਕਮਾਈ ਕੀਤੀ, ਦਿਹਾੜੀ ਤੇ ਬੰਦਾ ਲਿਜਾਣਾ ਤਾਂ ਗੱਲ ਦੂਰ ਸੀ, ਕਦੇ ਤਾਪ ਦੀ ਗੋਲੀ ਵੀ ਨਹੀਂ ਸੀ ਖਾਧੀ। ਸਾਰੀ ਉਮਰ ਦੋ ਝੱਗਿਆਂ ਦੇ ਤੇੜ ਤੇ ਪੋਥਿਆਂ ਦੇ ਸਿਰ ਤੇ ਕੱਟਦੇ, ਤੇ ਫਸਲ ਕਦੇ ਸੋਕੇ ਨਾਲ ਤੇ ਕਦੇ ਡੋਬੇ ਨਾਲ ਮਾਰੀ ਜਾਂਦੀ। ਕਰਜ਼ੇ ਨੇ ਬਾਪੂ ਦੇ ਸਾਰੇ ਚਾਹ ਚਾਰ ਲਏ ਤੇ ਉਹ ਦਾਰੂ ਪੀਣ ਲੱਗ ਗਿਆ, ਤੇ ਇਸ ਦਾਰੂ ਦੇ ਕੀਤੇ ਹੋਏ ਸ਼ਰਾਬੀ ਬਾਪੂ ਨੇ ਚੁੱਲ੍ਹਿਆਂ ਦੀ ਰਾਖ ਵਿੱਚ ਬੇਬੇ ਦੀ ਜਵਾਨੀ ਰੋਲ ਕੇ ਰੱਖ ਦਿੱਤੀ। ਜਿੱਦੇ ਤੇਰਾ ਰੱਬ ਮੈਨੂੰ ਟੱਕਰ ਗਿਆ ਨਾ, ਮੈਂ ਚੱਪਾ ਭਾਂਦੂ ਕਿੱਥੇ ਸਾ। ਬਾਪੂ ਨੂੰ ਮੇਰੇ ਕੋਲ ਹਮੇਸ਼ਾ ਇੱਕ ਲਿਲਕੀ ਰਹੀ ਕਿ ਮੈਂ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣ ਜਾਊ, ਪਰ ਬਣ ਨਾ ਸਕਿਆ। ਨੌਕਰੀ ਕਿਹੜਾ ਭੈਣ ਦਿਨੇ ਦੀ ਵੱਟ ਤੇ ਉੱਗੀ ਪਈ ਆ, ਜਿਹੜੀ ਮੂਲੀ ਵਾਂਗੂ ਪੱਟ ਲਿਓ ਮੁੱਲ ਹੀ ਲੈਣੀ ਪੈਂਦੀ ਆ। ਆ ਬਾਪੂ ਵੀ ਗਿੱਲਾ ਪੀੜ ਪਿੱਠਣ ਲੱਗ ਪੈਂਦਾ। ਦਰਵਾਜ਼ੇ ਕਾਹਨੂੰ ਭੰਨਣਾ? ਸਭਾਂ ਤਾਂ ਅਜੇ ਨਹੀਂ ਚੰਗਾ ਲੱਗਦਾ, ਜਦਾਂ ਤੂੰ ਜੰਮਿਆ ਸੁੱਖ ਦਾ ਸਾਹ ਨਹੀਂ ਲਿਆ ਮੈਂ, ਠੇਕਾ ਨਹੀਂ ਲੱਗਦਾ ਤੂੰ ਇਸ ਘਰ ਦਾ। ਆ ਲੱਗ ਜਾ ਕਿਸੇ ਤਨ ਪੁੱਤਣ, ਕਾਹਨੂੰ ਲਹੂ ਪੀਣਾ ਮੇਰਾ ਗੰਦੀ ਲਾਲ ਕਿਸੇ ਥਾਂ ਦੀ। ਓਏ ਆ ਛਾਪਾਂ ਵੇਚ ਵੇਚ ਫੀਸਾਂ ਭਰੀਆਂ ਤੇਰੀਆਂ, ਮੇਰੀ ਕੀ ਗਲਤੀ ਹੈ ਫਿਰ ਇਹਦੇ ਚ? ਓ ਸਾਡਾ ਕਸੂਰ ਹੈ ਜਿਹਨੇ ਤੈਨੂੰ ਜੰਮਿਆ ਪੜਾਇਆ ਲਿਖਾਇਆ ਪਾਲਿਆ, ਤੇ ਆ ਨੌਕਰੀ ਮੂਲੀ ਵਰਗੀ ਹੈ ਜਿਹੜੀ ਮੈਂ ਵੱਟ ਤੋਂ ਪੱਟ ਕੇ ਲਿਆਵਾਂ, ਮੇਰਾ ਕੀ ਵੱਸ ਹੈ ਇਹਦੇ ਚ? ਤੇਰਾ ਪੁੱਛ ਚੱਲਦਾ ਉਹ ਕਰ ਲੈ ਸਾਲਿਆ, ਮੈਨੂੰ ਨਹੀਂ। ਖੜ ਜਾ ਤੂੰ।
ਟੱਲਾ ਅੱਜ ਮੌਜ ਜਿੰਨੀ ਲੁੱਟਣੀ ਆ ਬਿੰਦ ਝੱਟ ਬੱਚੂ ਅੱਜ ਨਹੀਂ ਸੁੱਕਾ ਜਾਣ ਦਿੰਦਾ ਵੈਸੇ ਦੁਖੀ ਬੰਦੇ ਨੂੰ ਤਾਂ ਦਾਰੂ ਪੀ ਹੀ ਲੈਣੀ ਚਾਹੀਦੀ ਹੈ। ਸਾਡੀ ਖੜੀ ਫਸਲ ਦੇ ਗੜੇ ਪਾ ਦਿੰਦਾ ਉਹਨੂੰ ਕਹਿੰਦੀ ਆ ਜੀ ਜਿੱਥੇ ਆਉਣਾ ਕਿੰਨੇ ਰੰਗ ਤਮਾਸ਼ੇ ਵੇਖ ਲਏ ਦੁਨੀਆਂ ਤੇ ਪਰ ਸ਼ੀਸ਼ਾ ਕਦੇ ਨਹੀਂ ਚੰਗੀ ਤਰ੍ਹਾਂ ਵੇਖਿਆ। ਆਪ ਨਾਲ ਅੱਖ ਮਿਲਾਉਣ ਦੀ ਦਲੇਰੀ ਜੀ ਨਹੀਂ ਪਈ ਉਹ ਨਾਲੇ ਊਂ ਵੀ ਕਿਹੜਾ ਬੰਦਾ ਸਾਰੀ ਉਮਰ ਸ਼ੀਸ਼ਾ ਵੇਖਦਾ ਕਦੇ ਪੱਗ ਦਾ ਲੜ ਲੋਟ ਕਰੂ ਤੇ ਕਦੇ ਦਾੜੀ 'ਚੋਂ ਹੱਥ ਕੱਢਦਾ ਸ਼ੀਸ਼ਾ ਕਦੇ ਨਹੀਂ ਵੇਖਦਾ। ਜਿੱਦੇ ਸ਼ੀਸ਼ਾ ਵੇਖਣ ਲੱਗ ਪਿਆ ਦੁਨੀਆ ਹੀ ਬਦਲ ਜਾ। ਹੋਰ ਵੀ ਨਾਜਰਾ ਕਿਉਂ ਪਾਉਣੀ ਆ ਗੁੱਤੀ? ਉਹ ਨਾ ਬਾਈ ਤੂੰ ਲਾ। ਨਲਕਾ ਭਾਵੇਂ ਸਿਉਣੇ ਦਾ ਹੋਵੇ ਪਰ ਬਿਨਾਂ ਬੋਕੀ ਤੋਂ ਕਿਸੇ ਕੰਮ ਦਾ ਨਹੀਂ। ਨਾਲੇ ਜਿਹ 'ਚ ਗੈਰਤ ਨਹੀਂ ਨਾ ਆਉਂਦੀ ਉਹ ਸਿੱਖ ਸਾਈ ਤੇ ਹੋ ਸਕਦਾ ਪਰ ਬੰਦੇ ਦਾ ਪੁੱਤ ਨਹੀਂ। ਤੇ ਬਾਈ ਆਪਾਂ ਸੌਖੇ ਕਿਵੇਂ ਹੋਵਾਂਗੇ ਯਾਰ? ਜਦੋਂ ਦਾ ਬੰਦਾ ਬਣਿਆ ਨਾ ਇਹਨੇ ਸਾਰੀ ਸ੍ਰਿਸ਼ਟੀ ਬੇਰਾਮੀ ਕਰਤੀ। ਓਏ ਇੱਥੇ ਰੱਬ ਦਾ ਨਹੀਂ ਕੁਛ ਵੱਟੀ ਦਾ ਤੇ ਆਪਾਂ ਤਾਂ ਕਿਹਦੇ ਪਾਣੀ ਯਾਰ ਹੈ। ਜਦੋਂ ਬਣ ਕੇ ਨਾ ਆਪਾਂ ਬੰਦੇ ਦੇ ਪੁੱਤ ਉਦੋਂ ਆਵਾਂਗੇ ਸੌਖੇ। ਬਾਈ ਇਹ ਸਾਰਾ ਕਸੂਰ ਹੀ ਰੱਬ ਦਾ ਹੈ। ਜੇ ਬੰਦੇ ਨੂੰ ਜੀਣ ਲਈ ਸਾਹ ਹੀ ਬਹੁਤ ਸੀਗੇ ਤਾਂ ਸਾਲਾ ਢਿੱਡ ਲਾਉਣ ਦੀ ਕੀ ਲੋੜ ਸੀ ਯਾਰ? ਓਏ ਤੂੰ ਰੇ ਹੋ ਤੈਨੂੰ ਮੈਂ ਬੰਦੇ ਦਾ ਪੁੱਤ ਬਣਾਵਾਂ? ਓਏ ਤੂੰ ਜਾ ਪਰਾਂ। ਓਏ ਤੂੰ ਰੇ ਹੋ। ਓਏ ਓ ਮੈਂ ਬਰਛਾ ਛਾਤੀ ਦੀ ਪੀਣ ਤਾਂ ਹੀ ਤੰਦੂ ਜੇ ਦਾੜੀ ਵੱਲ ਝਾਕਿਆ ਵੀ ਤਾਂ ਯਾਰੀ ਰਾਹ ਸਿਰ ਦੀ ਹੈ ਦੀਣ ਤੋਂ ਵੱਡੀ ਨੀ। ਵੱਡਾ ਬੰਦੇ ਦਾ ਪੁੱਤ ਦੌਲਤ ਸ਼ੌਹਰਤ ਰੁਤਬੇ ਇਹ ਸਭ ਮਿੱਟੀ ਨੇ ਮਿੱਟੀ ਮਿੱਟੀ ਕਰਦਿਆਂ ਮਿੱਟੀ ਹੋ ਜਾਣਾ। ਉੱਠ ਸਵੇਰੇ ਗਾਫਿਲ ਕਾਨੂੰ ਸੁਤਾਏ ਇੱਕ ਦਿਨ ਗੂੜੀ ਨੀਂਦੇ ਸੁੱਤਿਆਂ ਸੌ ਜਾਣਾ। ਛੱਡ ਬਖਤਾ ਵਰ ਜਗਦੀਆਂ ਖੇਡਾਂ ਝੂਠੀਆਂ ਨੇ ਝੂਠੀਆਂ ਨੇ ਝੂਠੀਆਂ ਨੇ ਝੂਠੀਆਂ ਨੇ। ਛੱਡ ਬਖਤਾ ਵਰ ਜਗਦੀਆਂ ਖੇਡਾਂ ਝੂਠੀਆਂ ਨੇ ਜਿਹੜੇ ਦੇਸੋਂ ਆਇਆ ਉੱਥੇ ਪਹੁੰਚਣਾ। ਜਿਹੜੇ ਦੇਸੋਂ ਆਇਆ ਉੱਥੇ ਪਹੁੰਚਣਾ।